ਖਬਰ ਲੈਂਦੇ ਹਾਂ ਫਾਜ਼ਿਲਕਲਾ ਤੋਂ, ਜਿੱਥੇ ਥਾਣਾ ਸਦਰ ਦੀ ਪੁਲਿਸ ਕੋਲ ਇੱਕ ਮਾਮਲੇ ਵਿੱਚ ਗ੍ਰਿਫਤਾਰ ਹੋਏ ਵਿਅਕਤੀ ਨੇ ਹੋਮਗਾਰਡ ਜਵਾਨ ਉੱਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰਕੇ ਉਹ ਫਰਾਰ ਹੋ ਗਿਆ। ਆਰੋਪੀ ਦੀ ਤਲਾਸ਼ ਲਈ ਪੁਲਿਸ ਦੀ ਟੀਮ ਵੱਲੋਂ ਛਾਪਾਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਚਰਨਜੀਤ ਨਾਮਕ ਫਰਾਰ ਹੋਇਆ ਦੋਸ਼ੀ ਇੱਕ ਪਿੰਡ ਦਾ ਸਰਪੰਚ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 4 ਵਜੇ ਡਿਊਟੀ ਸੀ ਰਾਤ ਸਰ, 4 ਵਜੇ ਜਦੋਂ ਸਰ ਅਸੀਂ 3 ਵਜੇ ਡਿਊਟੀ ਕਰ ਰਹੇ ਕੀਤੀ, ਇੱਕ ਮੈਂ ਇਕੱਲਾ ਸੀ ਜਿਹੜਾ ਗੇਟ 'ਤੇ ਬੈਠਾ ਸੀ, ਮੇਰੇ ਕੋਲੋਂ ਮੁੰਡਾ ਨਾਲ ਦਾ ਬਾਥਰੂਮ ਕਰਾਉਣ ਗਿਆ ਜੀ, ਅੱਖੜੀ ਲਾ ਕੇ ਉਹਨੂੰ ਧੱਕਾ ਮਾਰ ਕੇ, ਮੇਰੀ ਧੱਕਾ ਮਾਰ ਕੇ ਮੇਰੀ ਅੱਖ 'ਚ ਵਿੱਚ ਉਹਨੇ ਮਾਰੀ, ਮਾਰ ਕੇ ਮੇਰੇ ਅੱਖ 'ਚ ਫੋੜ ਗਿਆ ਮੇਰੀ ਜੀ, ਟਾਂਕੇ ਲੱਗੇ ਮੇਰੇ ਜੀ, ਭੱਜ ਗਿਆ ਜੀ, ਫਰਾਰ ਹੋ ਗਿਆ। ਅਤੇ ਉਹਨੂੰ ਬੰਦਿਆਂ ਦਾ ਹਮਲਾ ਕੀਤਾ ਉਹਨਾਂ ਜੀ। ਕਿੰਨੇ ਬੰਦਿਆਂ ਦੇ? 2 ਬੰਦਿਆਂ ਦੇ, ਇੱਕ ਮੇਰੇ ਅਤੇ ਇੱਕ ਉਹਨਾਂ ਦੇ। ਕੌਣ ਸੀਗਾ ਇਹ? ਇਹ ਸਰ ਉੱਥੋਂ ਦਾ ਪੁਰਾਣਾ ਸਾਬਕਾ ਸਰਪੰਚ ਹੈ ਜੀ। ਕਿਹੜੇ ਮਾਮਲੇ ਦੇ ਵਿੱਚ ਸੀਗਾ ਇਹ ਸਰ? ਜਿਹੜਾ ਟੋਲਾ ਸੀ ਨਾ ਆਪਣੇ ਪਹਿਲਾਂ, ਉੱਥੇ ਮੁੰਡੇ ਮਾਡੇ ਕੁੜੀਆਂ ਕੜੇ ਟੱਪੇ ਸੀ ਉੱਥੋਂ ਜੀ, ਉਹਨਾਂ ਬਾਰੇ ਫੜੇ ਸੀ ਅਤੇ ਫੜ ਕੇ ਅਤੇ ਪੇਸ਼ ਕੀਤੇ ਸੀ, ਕਦੇ ਵੀ ਇੱਥੋਂ ਮੁੰਡਾ ਲੈ ਕੇ ਭੱਜਿਆ, ਇਹ ਲੈ ਕੇ ਪੇਸ਼ ਕੀਤੇ ਸੀ। ਉਸ ਬਾਰੇ ਇੱਕ ਪਰਚਾ ਦਰਜ ਹੋਇਆ ਨਹੀਂ ਸੀ, ਇਹ ਧੱਕਾ ਹੀ ਕਰ ਰਹੀ, ਕਦੇ ਵੀ ਅਸੀਂ ਉਹਨਾਂ ਨੇ ਇਹਨੇ ਬੁੜੀ ਬਣੀ ਸੀ ਨੈੱਟ 'ਤੇ ਪਾਈ ਸੀ। ਕਿਦੋਂ ਇਹਨੂੰ ਗ੍ਰਿਫਤਾਰ ਕੀਤਾ ਸੀ? ਕੱਲ੍ਹ ਸਰ ਕੀਤਾ ਜੀ, ਕੱਲ੍ਹ ਸਵੇਰੇ ਤੜਕੇ ਲੈ ਕੇ ਆਏ ਸੀ। ਕਿੱਥੋਂ ਦੀ ਇਹ ਘਟਨਾ? ਇਹ ਸਰ ਹੈਗੀ ਜੀ ਆਪਣੀ ਉੱਥੇ ਉਹ ਉਹਦੇ ਵਾਲੇ ਪਿੰਡ ਦੇ ਨਾਲ ਜਿਹੜੇ ਆ ਪਰਟਾਣੀ ਪੈਂਦੀ ਜੀ। ਜਿਹੜਾ ਤੁਹਾਡੇ 'ਤੇ ਹਮਲਾ ਹੋਇਆ ਕਿੱਥੇ ਆ? ਸਾਡੇ ਥਾਣੇ ਸਦਰ ਜੀ। ਕਿੰਨੇ ਮੁਲਾਜ਼ਮ ਸੀ ਉਹਦੇ? 4 ਸਰ ਜੀ। 4 ਮੁਲਾਜ਼ਮ ਸੀ? 4 ਵਜੇ 3 ਡਿਊਟੀ ਕਰ ਰਹੇ ਸੀ, ਮੈਂ ਸਰ ਮੇਨ ਗੇਟ 'ਤੇ ਬੈਠਾ ਜੀ, ਬਾਥਰੂਮ ਕਰਾਉਣ ਮੇਰੇ ਨਾਲ ਦਾ ਬੰਦਾ ਗਿਆ, ਉਹਨੂੰ ਕੁੱਟ ਕੇ ਮੇਰੇ ਥੱਪੜ ਮਾਰ ਕੇ ਤੁਹਾਨੂੰ ਕੇ ਮੇਰੇ ਗੱਲ ਹੋਇਆ ਜੀ। ਮੇਰੇ ਕਿੰਨੀਆਂ ਸੱਟਾਂ ਮਾਰੀਆਂ ਤੁਹਾਨੂੰ? ਮੇਰੇ ਇਕੱਲੇ 'ਤੇ ਮਾਰ ਗਿਆ ਸੱਟਾਂ ਜੀ, ਮੇਰੇ 4 ਮਾਰੀ ਸੱਟਾਂ, ਇੱਕ ਇੱਥੇ ਮਾਰੀ, ਇੱਕ ਕੰਨ ਵਾਲੇ ਮਾਰੀ, ਸਾਈਡ 'ਤੇ ਮਾਰੀ, ਇੱਥੇ ਸਿਰ 'ਤੇ ਮਾਰੀ। ਤੁਸੀਂ ਫਿਰ ਮਗਰ ਪਿੱਛਾ ਨਹੀਂ ਕੀਤਾ ਨਾਲ ਦੇ ਮੁਲਾਜ਼ਮਾਂ? ਗਏ ਸਰ ਪਿੱਛੇ, ਲੱਗੇ ਨਹੀਂ ਸਰ, ਗਏ ਟੁੰਡਰ ਗਏ ਥਾਣੇ, ਐਸ ਐਚ ਓ ਵੀ ਗਿਆ ਜੀ ਨਾਲ ਬੰਦੇ, ਹੋਰ ਮੁਲਾਜ਼ਮ ਗਏ, ਇਕੱਲਾ ਸੀ ਬੰਦੇ, ਉਹਦੇ ਮਗਰ ਬੰਦੇ ਗਏ ਨੇ, ਲੱਗੇ ਨੇ ਸਾਰੇ, ਐਸ ਐਚ ਓ ਗਿਆ, ਮੁਲਾਜ਼ਮ ਗਏ ਨੇ ਬੰਦੇ ਲੱਭਣ ਵਾਸਤੇ। ਇਹ ਰਾਤ ਡਿਊਟੀ ਦੇ ਭਾਜੀ ਹੈ ਤਾਂ ਹੁਣ ਡਿਊਟੀ ਦੇ ਇਹ ਕੰਮ ਹੋ ਗਏ ਤਾਂ ਹੁਣ ਕੀ ਕਰ ਸਕਦਾ ਕੋਈ, ਬਾਕੀ ਥਾਣੇ ਵਿੱਚ ਇਹ ਕੰਮ ਨਹੀਂ ਹੋਣੇ ਚਾਹੀਦੇ, ਇਹ ਤਾਂ ਆਪਦੀ ਡਿਊਟੀ ਨੂੰ ਬੰਦੇ ਪਏ ਨੇ, ਬਾਕੀ ਸੋਚਣਾ ਚਾਹੀਦਾ ਮੁਲਜ਼ਮਾਂ ਨੂੰ ਵੀ, ਉਹ ਸਾਡੇ ਵਾਸਤੇ ਹੀ ਬੈਠੇ ਨੇ।